ਦੋ ਪਤਨੀਆਂ ਨਾਲ ਵਿਆਹ ਕਰਾਉਣ ਤੇ ਚਰਚਾ 'ਚ ਰਹਿਣ ਵਾਲੇ ਅਰਮਾਨ ਮਲਿਕ ਨੂੰ ਹੁਣ ਉਹਨਾਂ ਦੀ ਪਹਿਲੀ ਪਤਨੀ ਯਾਨੀ ਕਿ ਪਾਇਲ ਮਲਿਕ ਤਲਾਕ ਦੇਣ ਜਾ ਰਹੇ ਨੇ। ਇਹ ਗੱਲ ਪਾਇਲ ਮਲਿਕ ਨੇ ਆਪਣੇ ਹਾਲ ਹੀ ਦੇ ਵਿੱਚ ਅਪਲੋਡ ਹੋਏ ਵਲੌਗ ਤੇ ਸਾਂਝੀ ਕੀਤੀ। ਦੱਸ ਦਈਏ ਕਿ ਅਰਮਾਨ ਆਪਣੀ ਦੋਨੋਂ ਪਤਨੀਆਂ ਦੇ ਨਾਲ ਬਿਗ ਬੌਸ OTT ਦੇ ਵਿੱਚ ਗਏ ਸੀ, ਜਿੱਥੋਂ ਦੀ ਇਹ ਮਾਮਲਾ ਇਸ ਕਦਰ ਵਾਇਰਲ ਹੋਇਆ ਕਿ ਲੋਕਾਂ ਨੇ ਇਸ ਜੋੜੀ ਦਾ ਮਜ਼ਾਕ ਵੀ ਬਣਾਇਆ। ਅਤੇ ਪਾਇਲ ਮਲਿਕ ਦੇ ਬਿਗ ਬੌਸ 'ਚੋਂ ਆਊਟ ਹੋਣ ਤੋਂ ਬਾਅਦ ਜਦੋਂ ਘਰ ਵਾਪਸ ਆਏ ਤਾਂ ਲੋਕਾਂ ਨੇ ਨੈਗੇਟਿਵ ਕਮੈਂਟਸ ਕੀਤੇ, ਜਿਸ ਨੂੰ ਦੇਖ ਕੇ ਪਾਇਲ ਨੇ ਇਹ ਫੈਸਲਾ ਲਿਆ ਕਿ ਹੁਣ ਉਹ ਆਪਣੇ ਪਤੀ ਅਰਮਾਨ ਮਲਿਕ ਨੂੰ ਤਲਾਕ ਦੇਣਗੇ। ਅਤੇ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਉਹ ਬੱਚਿਆਂ ਦਾ ਪਾਲਣ ਪੋਸ਼ਣ ਵੀ ਆਪ ਖੁਦ ਕਰ ਲੈਣਗੇ, ਪਰ ਹੁਣ ਉਹ ਅਰਮਾਨ ਮਲਿਕ ਦੇ ਨਾਲ ਨਹੀਂ ਰਹਿਣਗੇ। ਅਤੇ ਜੇ ਬਿਗ ਬੌਸ ਦੀ ਗੱਲ ਕਰੀਏ ਤਾਂ ਅਰਮਾਨ ਮਲਿਕ ਦੀ ਵੀਡੀਓਜ਼ ਆਪਣੀ ਦੂਸਰੀ ਪਤਨੀ ਯਾਨੀ ਕਿ ਕ੍ਰਿਤਿਕਾ ਮਲਿਕ ਦੇ ਨਾਲ ਕਾਫੀ ਵਾਇਰਲ ਹੋ ਰਹੀਆਂ ਨੇ, ਜਿਸ ਕਰਕੇ ਪਾਇਲ ਨੇ ਇਹ ਫੈਸਲਾ ਲਿਆ ਕਿ ਹੁਣ ਉਹ ਕ੍ਰਿਤਿਕਾ ਦੇ ਨਾਲ ਯਾਨੀ ਕਿ ਆਪਣੀ ਦੂਸਰੀ ਪਤਨੀ ਦੇ ਨਾਲ ਹੀ ਰਹਿਣਗੇ ਅਤੇ ਉਹ ਉਸਨੂੰ ਹੁਣ ਤਲਾਕ ਦੇਣਗੇ। ਦੋ ਪਤਨੀਆਂ ਨਾਲ ਵਿਆਹ ਕਰਾਉਣ ਤੇ ਚਰਚਾ 'ਚ ਰਹਿਣ ਵਾਲੇ ਅਰਮਾਨ ਮਲਿਕ ਨੂੰ ਹੁਣ ਉਹਨਾਂ ਦੀ ਪਹਿਲੀ ਪਤਨੀ ਯਾਨੀ ਕਿ ਪਾਇਲ ਮਲਿਕ ਤਲਾਕ ਦੇਣ ਜਾ ਰਹੇ ਨੇ। ਇਹ ਗੱਲ ਪਾਇਲ ਮਲਿਕ ਨੇ ਆਪਣੇ ਹਾਲ ਹੀ ਦੇ ਵਿੱਚ ਅਪਲੋਡ ਹੋਏ ਵਲੌਗ ਤੇ ਸਾਂਝੀ ਕੀਤੀ। ਦੱਸ ਦਈਏ ਕਿ ਅਰਮਾਨ ਆਪਣੀ ਦੋਨੋਂ ਪਤਨੀਆਂ ਦੇ ਨਾਲ ਬਿਗ ਬੌਸ OTT ਦੇ ਵਿੱਚ ਗਏ ਸੀ, ਜਿੱਥੋਂ ਦੀ ਇਹ ਮਾਮਲਾ ਇਸ ਕਦਰ ਵਾਇਰਲ ਹੋਇਆ ਕਿ ਲੋਕਾਂ ਨੇ ਇਸ ਜੋੜੀ ਦਾ ਮਜ਼ਾਕ ਵੀ ਬਣਾਇਆ। ਅਤੇ ਪਾਇਲ ਮਲਿਕ ਦੇ ਬਿਗ ਬੌਸ 'ਚੋਂ ਆਊਟ ਹੋਣ ਤੋਂ ਬਾਅਦ ਜਦੋਂ ਘਰ ਵਾਪਸ ਆਏ ਤਾਂ ਲੋਕਾਂ ਨੇ ਨੈਗੇਟਿਵ ਕਮੈਂਟਸ ਕੀਤੇ, ਜਿਸ ਨੂੰ ਦੇਖ ਕੇ ਪਾਇਲ ਨੇ ਇਹ ਫੈਸਲਾ ਲਿਆ ਕਿ ਹੁਣ ਉਹ ਆਪਣੇ ਪਤੀ ਅਰਮਾਨ ਮਲਿਕ ਨੂੰ ਤਲਾਕ ਦੇਣਗੇ। ਅਤੇ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਉਹ ਬੱਚਿਆਂ ਦਾ ਪਾਲਣ ਪੋਸ਼ਣ ਵੀ ਆਪ ਖੁਦ ਕਰ ਲੈਣਗੇ, ਪਰ ਹੁਣ ਉਹ ਅਰਮਾਨ ਮਲਿਕ ਦੇ ਨਾਲ ਨਹੀਂ ਰਹਿਣਗੇ। ਅਤੇ ਜੇ ਬਿਗ ਬੌਸ ਦੀ ਗੱਲ ਕਰੀਏ ਤਾਂ ਅਰਮਾਨ ਮਲਿਕ ਦੀ ਵੀਡੀਓਜ਼ ਆਪਣੀ ਦੂਸਰੀ ਪਤਨੀ ਯਾਨੀ ਕਿ ਕ੍ਰਿਤਿਕਾ ਮਲਿਕ ਦੇ ਨਾਲ ਕਾਫੀ ਵਾਇਰਲ ਹੋ ਰਹੀਆਂ ਨੇ, ਜਿਸ ਕਰਕੇ ਪਾਇਲ ਨੇ ਇਹ ਫੈਸਲਾ ਲਿਆ ਕਿ ਹੁਣ ਉਹ ਕ੍ਰਿਤਿਕਾ ਦੇ ਨਾਲ ਯਾਨੀ ਕਿ ਆਪਣੀ ਦੂਸਰੀ ਪਤਨੀ ਦੇ ਨਾਲ ਹੀ ਰਹਿਣਗੇ ਅਤੇ ਉਹ ਉਸਨੂੰ ਹੁਣ ਤਲਾਕ ਦੇਣਗੇ। ਦੋ ਪਤਨੀਆਂ ਨਾਲ ਵਿਆਹ ਕਰਾਉਣ ਤੇ ਚਰਚਾ 'ਚ ਰਹਿਣ ਵਾਲੇ ਅਰਮਾਨ ਮਲਿਕ ਨੂੰ ਹੁਣ ਉਹਨਾਂ ਦੀ ਪਹਿਲੀ ਪਤਨੀ ਯਾਨੀ ਕਿ ਪਾਇਲ ਮਲਿਕ ਤਲਾਕ ਦੇਣ ਜਾ ਰਹੇ ਨੇ। ਇਹ ਗੱਲ ਪਾਇਲ ਮਲਿਕ ਨੇ ਆਪਣੇ ਹਾਲ ਹੀ ਦੇ ਵਿੱਚ ਅਪਲੋਡ ਹੋਏ ਵਲੌਗ ਤੇ ਸਾਂਝੀ ਕੀਤੀ। ਦੱਸ ਦਈਏ ਕਿ ਅਰਮਾਨ ਆਪਣੀ ਦੋਨੋਂ ਪਤਨੀਆਂ ਦੇ ਨਾਲ ਬਿਗ ਬੌਸ OTT ਦੇ ਵਿੱਚ ਗਏ ਸੀ, ਜਿੱਥੋਂ ਦੀ ਇਹ ਮਾਮਲਾ ਇਸ ਕਦਰ ਵਾਇਰਲ ਹੋਇਆ ਕਿ ਲੋਕਾਂ ਨੇ ਇਸ ਜੋੜੀ ਦਾ ਮਜ਼ਾਕ ਵੀ ਬਣਾਇਆ। ਅਤੇ ਪਾਇਲ ਮਲਿਕ ਦੇ ਬਿਗ ਬੌਸ 'ਚੋਂ ਆਊਟ ਹੋਣ ਤੋਂ ਬਾਅਦ ਜਦੋਂ ਘਰ ਵਾਪਸ ਆਏ ਤਾਂ ਲੋਕਾਂ ਨੇ ਨੈਗੇਟਿਵ ਕਮੈਂਟਸ ਕੀਤੇ, ਜਿਸ ਨੂੰ ਦੇਖ ਕੇ ਪਾਇਲ ਨੇ ਇਹ ਫੈਸਲਾ ਲਿਆ ਕਿ ਹੁਣ ਉਹ ਆਪਣੇ ਪਤੀ ਅਰਮਾਨ ਮਲਿਕ ਨੂੰ ਤਲਾਕ ਦੇਣਗੇ। ਅਤੇ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਉਹ ਬੱਚਿਆਂ ਦਾ ਪਾਲਣ ਪੋਸ਼ਣ ਵੀ ਆਪ ਖੁਦ ਕਰ ਲੈਣਗੇ, ਪਰ ਹੁਣ ਉਹ ਅਰਮਾਨ ਮਲਿਕ ਦੇ ਨਾਲ ਨਹੀਂ ਰਹਿਣਗੇ। ਅਤੇ ਜੇ ਬਿਗ ਬੌਸ ਦੀ ਗੱਲ ਕਰੀਏ ਤਾਂ ਅਰਮਾਨ ਮਲਿਕ ਦੀ ਵੀਡੀਓਜ਼ ਆਪਣੀ ਦੂਸਰੀ ਪਤਨੀ ਯਾਨੀ ਕਿ ਕ੍ਰਿਤਿਕਾ ਮਲਿਕ ਦੇ ਨਾਲ ਕਾਫੀ ਵਾਇਰਲ ਹੋ ਰਹੀਆਂ ਨੇ, ਜਿਸ ਕਰਕੇ ਪਾਇਲ ਨੇ ਇਹ ਫੈਸਲਾ ਲਿਆ ਕਿ ਹੁਣ ਉਹ ਕ੍ਰਿਤਿਕਾ ਦੇ ਨਾਲ ਯਾਨੀ ਕਿ ਆਪਣੀ ਦੂਸਰੀ ਪਤਨੀ ਦੇ ਨਾਲ ਹੀ ਰਹਿਣਗੇ ਅਤੇ ਉਹ ਉਸਨੂੰ ਹੁਣ ਤਲਾਕ ਦੇਣਗੇ।